ਹਾਂਜੀ ਸਰ, ਕੀ ਨਾਮ ਜੀ ਤੁਹਾਡਾ? ਤੇਜਸ਼ੀਰ ਸਿੰਘ ਹੈ। ਅੱਛਾ ਜੀ, ਕੀ ਮਾਮਲਾ ਹੈਗਾ ਇਹ? ਮਾਮਲਾ ਘਰੋਂ ਸੱਦ ਕੇ ਲਗਾਏ ਆ। ਅੱਛਾ ਜੀ, ਅੱਛਾ ਜੀ, ਅਤੇ 11 ਵਜੇ ਸਾਨੂੰ ਸੱਦਣ ਆ ਗਿਆ ਆਪ ਹੀ ਇਹ। ਅੱਛਾ ਜੀ, ਜਿਹੜਾ ਮੁੰਡਾ ਲੱਗਿਆ ਵਾ। ਅੱਛਾ, ਉਹ ਸੱਦਣ ਆ ਗਿਆ ਵੀ ਪੰਪ 'ਤੇ ਸੱਟ ਬਹੁਤ ਜ਼ਿਆਦਾ ਲੱਗੀ ਆ। ਅੱਛਾ ਜੀ, ਅਤੇ ਉਹਦੀ ਮੰਮੀ ਅਤੇ ਇੱਕ ਉਹਦਾ ਭਰਾ ਛੋਟਾ ਮੇਰੇ ਭਰਾ ਦਾ। ਅੱਛਾ, ਦੋਵੇਂ ਗਿਆ ਘਰ 'ਚੋਂ। ਅੱਛਾ ਜੀ, ਮੰਮੀ ਨਹੀਂ ਗਿਆ। ਅੱਛਾ ਜੀ, ਮੈਂ ਤੈਨੂੰ 2-3 ਘੰਟੇ ਬਾਅਦ 'ਚ ਮੈਂ ਗਿਆ, ਮੈਨੂੰ ਲੱਗਾ ਪਤਾ ਮੁੰਡੇ ਨਹੀਂ ਹਜੇ। ਅੱਛਾ ਜੀ, ਮੁੰਡੇ ਤਾਂ ਅਸੀਂ ਚਲੇ ਗਏ ਜਲੰਧਰ, 4 ਆਦਮੀ ਬਾਅਦ 'ਚ। ਅੱਛਾ, ਅਤੇ ਉਹ ਜੇ ਅਫਸਰ ਵਾਲਿਆਂ ਨੇ ਸਾਨੂੰ ਇਹ ਗੱਲ ਕਹੀ ਵੀ ਸਾਡੇ ਕੋਲ ਹੈ ਨਹੀਂ ਗਾ ਸਮਾਨ, ਮੁੰਡੇ ਸਾਡੇ ਕੀ ਜ਼ਿਆਦਾ। ਅੱਛਾ, ਵੀ ਤੁਸੀਂ ਹੋਰ ਹਸਪਤਾਲ ਘੱਲ ਦਈਏ, ਤਾਂ ਕਿਹਾ ਜੀ ਘੱਲ ਦਿਓ। ਉਹਨਾਂ ਨੂੰ ਘੱਲਿਆ ਖੇਮ ਕੋਲ ਆਪਣੇ ਇਸ ਮੁੰਡੇ ਜਲੰਧਰ ਵਾਹੋ, ਫਿਰ ਉੱਥੇ ਘੱਲਤਾ। ਅੱਛਾ, ਬਸ ਇਹ ਕੌਣ ਸੀਗੇ ਬੰਦੇ ਜਿਹੜੇ ਸੱਦ ਕੇ ਲਗਾਏ? ਇੱਕ ਸਾਡੇ ਦੋਵੇਂ ਹੈਗਾ, ਕਹੇਗਾ ਵਾ ਦੋਵੇਂ ਟੱਬਰਾਂ 'ਚੋਂ ਆਏ। ਅੱਛਾ, ਕੀ ਨਾਂ ਕੀ ਉਹਨਾਂ ਦੇ? ਇੱਕ ਸੋਢੀ ਦਾ ਮੁੰਡਾ। ਅੱਛਾ ਜੀ, ਇੱਕ ਜੀਜੀ ਦਾ ਮੁੰਡਾ। ਅੱਛਾ, ਨਾਂ ਕੀ ਆ ਮੁੰਡਾ? ਨਾਂ ਇਹਦਾ ਇੱਕ ਨਾ ਕਾਸ਼ ਕਾਸ਼, ਹਾਂਜੀ, ਅਤੇ ਇੱਕ ਨਾ ਹੈਗਾ ਵਾ ਮੰਗਾ ਢੋਲੀ। ਅੱਛਾ, ਮੰਗਾ ਢੋਲੀ, ਇਹ ਦੋਨੇ ਲੈ ਕੇ ਗਏ? ਦੋਵੇਂ ਲੈ ਕੇ ਗਏ। ਅਤੇ ਰਾਤ ਦਾ ਟਾਈਮ ਸੀ ਕਿੱਦਾਂ? ਰਾਤ ਦਾ ਟਾਈਮ ਜੀ 7:30 ਵਜੇ 8 ਵਜੇ ਘਰੋਂ ਲਗਾਇਆ ਜੀ ਇਹ। ਅੱਛਾ, ਗਏ ਕਿੱਥੇ ਸੀਗੇ ਇਹ? ਗਏ ਪਤਾ ਨਹੀਂ ਕਿੱਥੇ ਲਗਾਇਆ ਇਹ। ਹਾਂਜੀ ਸਰ, ਕੀ ਮਾਮਲਾ ਜੀ? ਇਹ 9-8 ਨੂੰ ਨਾ ਰਾਤ ਸਮੇਂ ਦੇ 2 ਮੁੰਡੇ ਮੋਟਰਸਾਈਕਲ 'ਤੇ ਜਾਂਦੇ ਸੀ। ਅੱਛਾ ਜੀ, ਆਮ ਪਬਲਿਕ ਦੀ ਆਵਾਜ਼ ਆ ਵੀ ਇਹ ਵੱਜ ਕੇ ਉਹਦੇ ਵਿੱਚ ਗਊ 'ਚ ਅਤੇ ਡਿੱਗ ਪਏ ਸੀ ਜੀ। ਪਰ ਇਹਦਾ ਜਿਹੜਾ ਫਾਦਰ ਹੈ ਨਾ ਇਹਨਾਂ ਦਾ, ਰੇਸ਼ਮ ਸਿੰਘ ਪੁੱਤਰ ਟੂਮ ਸਿੰਘ, ਹਾਂਜੀ, ਜਾਰੂ ਵਾਲਾ, ਉਹਨੇ ਆਪਣਾ ਬਿਆਨ ਲਿਖਾਇਆ ਵੀ ਇਹ ਮੁੰਡੇ ਨੂੰ ਉਹ ਲੈ ਆਇਆ ਸੀ, ਉਹਨਾਂ ਨੇ ਸੱਟਾਂ ਮਾਰ ਕੇ ਮਾਰ ਦਿੱਤਾ, ਜਿਹਦੇ ਆਧਾਰ 'ਤੇ ਅਸੀਂ 3 ਮੁਕੱਦਮਾ ਅਤੇ 102 ਦਾ ਦਰਜ ਕਰਤਾ, 3340 ਆ ਜੋ ਵੀ ਸਾਹਮਣੇ ਤੱਥ ਹੋਣਗੇ ਉਹਦੇ ਹਿਸਾਬ ਨਾਲ ਵੀ ਕਾਰਵਾਈ ਕੀਤੀ। ਕਿਸੇ ਨੂੰ ਗ੍ਰਿਫਤਾਰ ਵੀ ਕੀਤਾ? ਕੋਈ ਉਹਨਾਂ ਨੇ ਕੋਈ ਗ੍ਰਿਫਤਾਰ ਨਹੀਂ ਕੀਤਾ। 2 ਜਣੇ ਜਿਹੜੇ ਸੀ ਦੋਨਾਂ ਨੇ ਸੱਟਾਂ ਲੱਗੀਆਂ, ਇਹ ਜੋਹਲ ਹੋਸਪਿਟਲ ਜਾਂਦੇ ਹੋ ਗਏ, ਇਹਨਾਂ ਲੋਹੀਆਂ ਵਾਲਿਆਂ ਵੀ ਇਹਨੇ ਤਸਦੀਕ ਕੀਤਾ, ਉਹਨਾਂ ਵੀ ਐਸ ਐਚ ਓ ਨੇ ਦੱਸੀ ਹੈਗਾ ਕਿ ਐਕਸੀਡੈਂਟ ਹੀ ਆ, ਪਰ ਅਸੀਂ ਬਰੀਕੀ ਨਾਲ ਤਫਤੀਸ਼ ਕਰਕੇ ਜੋ ਵੀ ਹੋਊਗਾ ਉਹਦੇ ਹਿਸਾਬ ਨਾਲ ਕਾਰਵਾਈ ਹੋਣ 'ਤੇ ਜਾਂਦੀ। ਕਿੱਥੇ ਕੁ ਹੋਇਆ ਮਾਮਲਾ ਇਹ? ਇਹ ਰਾਮਪੁਰ ਜਗੀਰ ਦੇ ਹੈਗਾ, ਉੱਥੇ ਪਿੰਡ ਰਾਮਪੁਰ ਜਗੀਰ ਪੈਂਦਾ ਉੱਥੇ।